नमस्कार जी, दैनिक सवेरा टीवी देख रहे दर्शकों का स्वागत है। मैं हाँ रोहित महाजन। अज दीनानगर दे विच आम आदमी पार्टी दे सुप्रीमो अरविंद केजरीवाल जी जो विशेष तौर पर अज दीनानगर पहुँचे सी और दीनानगर पहुँचन ते खास उत्साह जिहड़ा वर्करां च भी देखण नूं मिलिया। आम आदमी पार्टी इत्थों दी दीनानगर दी आपां सीट दी गल करदे आं तां हॉट सीट बनी हुई है। हॉट सीट दीनानगर दी इस करके है, कैबिनेट मंत्री अरुणा चौधरी इस समय मैदान दे विच ने और उहनां दे नाल इस समय जिहड़ा आम आदमी पार्टी तो हलका दीनानगर तो शमशेर सिंह जी जो इत्थों चोण मैदान च ने। शमशेर जी स्वागत है ਤੁਹਾਡਾ दैनिक सवेरा टीवी ਤੇ। बहुत बहुत धन्यवाद जी दैनिक सवेरा ਦੇ ਦਰਸ਼ਕਾਂ ਦਾ ਜੀ। ਅੱਜ ਦੀ ਰੈਲੀ ਜਿਹੜੀ ਹੈ ਰੋਡ ਸ਼ੋਅ ਜਿਹੜਾ ਅਰਵਿੰਦ ਕੇਜਰੀਵਾਲ ਜੀ ਜੋ ਇੱਥੇ ਆਏ ਸੀਗੇ ਉਸ ਤੋਂ ਬਾਅਦ ਕੀ ਦੇਖ ਰਹੇ ਹੋ ਤੁਸੀਂ ਮਾਹੌਲ ਪਾਰਟੀ ਦਾ? ਮਾਹੌਲ ਪਹਿਲਾਂ ਹੀ ਬਹੁਤ ਵਧੀਆ ਜੀ। ਜਦੋਂ ਅਰਵਿੰਦ ਕੇਜਰੀਵਾਲ ਜੀ ਆਏ ਨਾ ਤੇ ਇਹਦੇ ਨਾਲ ਬੂਸਟ ਹੋਇਆ ਸਾਰਾ ਜੰਗਸਟਰ ਜਿਹੜਾ ਉਹ ਰੋਡ ਤੇ ਆ ਗਿਆ। ਇਹਨਾਂ ਨੇ ਪਹਿਲਾਂ ਹੀ ਮਨ ਬਣਾਇਆ ਤੇ ਅੱਜ ਕਲੀਅਰ ਹੋ ਗਿਆ ਕਿ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤ ਰਹੀ ਹੈ। ਮੁੱਦੇ ਜਿਹੜੇ ਜਨਤਾ ਦੇ ਵਿੱਚ ਕੀ ਕੀ ਤੁਸੀਂ ਹੁਣ ਚੋਣ ਪ੍ਰਚਾਰ ਦਾ ਵੀ ਅੱਜ ਦਾ ਦਿਨ ਇੱਕ ਬਚਿਆ ਲਾਸਟ ਦਿਨ ਹੈ, ਕੱਲ ਤੋਂ ਚੋਣ ਪ੍ਰਚਾਰ ਵੀ ਥਮ ਜਾਏਗਾ, ਕੀ ਉਮੀਦ ਤੁਸੀਂ ਅੱਗੇ ਦੇਖ ਰਹੇ ਹੋ ਕਿ ਕਿੰਨਾ ਕੁ ਜਿਹੜਾ ਤੁਹਾਨੂੰ ਜਿਹੜਾ ਇਸ ਸਮੇਂ ਪਾਰਟੀ ਦਾ ਜਿਹੜਾ ਸਹਿਯੋਗ ਅੱਜ ਕੇਜਰੀਵਾਲ ਜੀ ਦੇ ਇੱਥੇ ਆਉਣ ਦੇ ਨਾਲ ਔਰ ਕਿੰਨਾ ਕੁ ਉਤਸ਼ਾਹ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਚੀਜ਼ ਦਾ? ਇਹ ਸਾਰੇ ਚੋਰ ਨੇ ਜੀ, ਠੱਗ ਇਕੱਠੇ ਹੋਏ ਨੇ ਦੋਨੇ ਪਾਰਟੀਆਂ ਦੇ। ਇਹਨਾਂ ਸਾਰੇ ਚੋਰਾਂ ਟੱਗਾਂ ਤੋਂ ਲੋਕੀ ਤੰਗ ਆ ਚੁੱਕੇ ਨੇ। ਤੁਸੀਂ ਦੇਖਿਆ ਕਿ ਲੋਕੀ ਇਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਨੇ, ਤਬਦੀਲੀ ਲੈਣਾ ਚਾਹੁੰਦੇ ਨੇ। ਇਸ ਕਰਕੇ ਲੋਕਾਂ ਦਾ ਇੱਕੋ ਰਸਤਾ ਕਿ ਆਮ ਆਦਮੀ ਪਾਰਟੀ ਇਹ ਲਿਆਉਣਾ ਚਾਹੁੰਦੇ ਨੇ। ਇਹ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣਾ ਔਰ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਰਹੀ ਹੈ। ਅੱਜ CM ਚਰਨਜੀਤ ਸਿੰਘ ਚੰਨੀ ਜੋ ਕਿ ਦੀਨਾਨਗਰ ਦੇ ਵਿੱਚ ਪਹੁੰਚੇ ਸੀ, ਰੈਲੀ ਸੀ ਉਹਨਾਂ ਦੀ ਇੱਥੇ ਆਯੋਜਿਤ ਔਰ ਉੱਥੇ ਉਹਨਾਂ ਨੇ ਤਿੱਖੇ ਤੰਜ ਜਿਹੜੇ ਤੁਹਾਡੇ ਉੱਪਰ ਕਸੇ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਉੱਪਰ ਜਿਹੜੇ ਪਹਿਲੇ ਵੀ ਪਰਚੇ ਹੋਏ ਦੇ ਆ ਉਸ ਬਾਰੇ ਕੀ ਕਹੋਗੇ? ਉਹ ਤੇ ਉਹਨਾਂ ਕੋਲ ਪਾਵਰ ਹੀ ਹੁੰਦੀ, ਜਦੋਂ ਮਰਜ਼ੀ ਪਰਚੇ ਕਰਾ ਦਿਓ। ਜਦੋਂ ਪਾਵਰ 'ਚ ਬੰਦਾ ਹੁੰਦਾ ਉਹਨਾਂ ਨੇ ਤੇ ਸਾਰੇ ਦੀਨਾਨਗਰ ਤੋਂ ਤੇ ਪਤਾ ਨਹੀਂ ਕਿੰਨੇ ਕੁ ਪਰਚੇ ਕਰਾਉਂਦੇ ਨੇ। ਜਿਹੜੇ ਪਿੰਡ 'ਚ ਜਾਓ ਉਹੀ ਕਹਿੰਦੇ ਸਾਡੇ ਕੋਲ 10 ਪਰਚੇ ਹੋਏ ਦੇ ਨੇ, ਸਾਡੇ ਪਿੰਡ ਕੋਈ ਕਹਿੰਦਾ ਸਾਡੇ ਕੋਲ 15 ਪਰਚੇ ਹੋਏ ਦੇ ਨੇ। ਸੋ ਪਰਚਿਆਂ 'ਤੇ ਬਹੁਤ ਵੱਡੀ ਲਾਈਨ ਲੱਗਦੀ ਹੈ ਅਸ਼ੋਕ ਚੌਧਰੀ ਨੇ। ਸੋ ਜੇਕਰ ਜਦੋਂ ਇਹਦਾ ਕੁੜਮ ਹੈ ਚੰਨੀ ਤੇ ਜਦੋਂ ਕੁੜਮ ਦੀ ਪਾਵਰ ਆ ਗਈ ਤੇ ਫਿਰ ਜਿੰਨੇ ਜਦੋਂ ਮਰਜ਼ੀ ਪਰਚੇ ਕਰਾ ਦੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪਰਚਾ ਕਰਾਇਆ ਦਾ ਉਹ ਦੇਖੇ ਸਹੀ ਲਿਖਦਾ ਕੀ ਹੈ ਵੀ ਇਨਕੁਆਇਰੀ ਚਲਦੀ ਰਹੇਗੀ। ਇਨਸਾਫ ਤਾਂ ਹੁੰਦਾ ਜੇਕਰ ਇਨਕੁਆਇਰੀ ਕਰਕੇ ਪਰਚਾ ਹੋਵੇ, ਬਿਨਾਂ ਇਨਕੁਆਇਰੀ ਤਾਂ ਕਦੀ ਪਰਚਾ ਹੋਇਆ ਨਹੀਂ ਹੁੰਦਾ। ਜੇ ਪਰਚਾ ਹੋਇਆ ਤਾਂ ਇਹਦਾ ਮਤਲਬ ਜਾਣ ਬੁੱਝ ਕੇ ਪਰਚਾ ਕਰਾਂਗੇ। ਯੂਥ ਖਾਸ ਤੌਰ 'ਤੇ ਅੱਜ ਦੀ ਰੈਲੀ 'ਚ ਦੇਖਿਆ ਗਿਆ ਸੀਗਾ ਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਯੂਥ ਜਿਹੜਾ ਤੁਹਾਡੇ ਨਾਲ ਜੁੜਿਆ, ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼? ਯੂਥ ਡਿਸਾਈਡ ਕਰ ਚੁੱਕਿਆ ਕਿ ਇਸ ਵਾਰ ਅਸੀਂ ਕੇਵਲ ਆਮ ਆਦਮੀ ਪਾਰਟੀ ਨੂੰ ਬਣਾਉਣਾ ਵਾ। ਉਹਨਾਂ ਕੋਲ ਪਾਵਰ ਹੀ ਹੁੰਦੀ, ਜਦੋਂ ਮਰਜ਼ੀ ਪਰਚੇ ਕਰਾ ਦਿਓ। ਜਦੋਂ ਪਾਵਰ 'ਚ ਬੰਦਾ ਹੁੰਦਾ ਉਹਨਾਂ ਨੇ ਤੇ ਸਾਰੇ ਦੀਨਾਨਗਰ ਤੋਂ ਤੇ ਪਤਾ ਨਹੀਂ ਕਿੰਨੇ ਕੁ ਪਰਚੇ ਕਰਾਉਂਦੇ ਨੇ। ਜਿਹੜੇ ਪਿੰਡ 'ਚ ਜਾਓ ਉਹੀ ਕਹਿੰਦੇ ਸਾਡੇ ਕੋਲ 10 ਪਰਚੇ ਹੋਏ ਦੇ ਨੇ, ਸਾਡੇ ਪਿੰਡ ਕੋਈ ਕਹਿੰਦਾ ਸਾਡੇ ਕੋਲ 15 ਪਰਚੇ ਹੋਏ ਦੇ ਨੇ। ਸੋ ਪਰਚਿਆਂ 'ਤੇ ਬਹੁਤ ਵੱਡੀ ਲਾਈਨ ਲੱਗਦੀ ਹੈ ਅਸ਼ੋਕ ਚੌਧਰੀ ਨੇ। ਸੋ ਜੇਕਰ ਜਦੋਂ ਇਹਦਾ ਕੁੜਮ ਹੈ ਚੰਨੀ ਤੇ ਜਦੋਂ ਕੁੜਮ ਦੀ ਪਾਵਰ ਆ ਗਈ ਤੇ ਫਿਰ ਜਿੰਨੇ ਜਦੋਂ ਮਰਜ਼ੀ ਪਰਚੇ ਕਰਾ ਦੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪਰਚਾ ਕਰਾਇਆ ਦਾ ਉਹ ਦੇਖੇ ਸਹੀ ਲਿਖਦਾ ਕੀ ਹੈ ਵੀ ਇਨਕੁਆਇਰੀ ਚਲਦੀ ਰਹੇਗੀ। ਇਨਸਾਫ ਤਾਂ ਹੁੰਦਾ ਜੇਕਰ ਇਨਕੁਆਇਰੀ ਕਰਕੇ ਪਰਚਾ ਹੋਵੇ, ਬਿਨਾਂ ਇਨਕੁਆਇਰੀ ਤਾਂ ਕਦੀ ਪਰਚਾ ਹੋਇਆ ਨਹੀਂ ਹੁੰਦਾ। ਜੇ ਪਰਚਾ ਹੋਇਆ ਤਾਂ ਇਹਦਾ ਮਤਲਬ ਜਾਣ ਬੁੱਝ ਕੇ ਪਰਚਾ ਕਰਾਂਗੇ। ਯੂਥ ਖਾਸ ਤੌਰ 'ਤੇ ਅੱਜ ਦੀ ਰੈਲੀ 'ਚ ਦੇਖਿਆ ਗਿਆ ਸੀਗਾ ਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਯੂਥ ਜਿਹੜਾ ਤੁਹਾਡੇ ਨਾਲ ਜੁੜਿਆ, ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼? ਯੂਥ ਡਿਸਾਈਡ ਕਰ ਚੁੱਕਿਆ ਕਿ ਇਸ ਵਾਰ ਅਸੀਂ ਕੇਵਲ ਆਮ ਆਦਮੀ ਪਾਰਟੀ ਨੂੰ ਬਣਾਉਣਾ ਵਾ ਤਾਂ ਆਮ ਆਦਮੀ ਪਾਰਟੀ ਸਰਕਾਰ ਬਣ ਰਹੀ ਹੈ। ਕੱਲ੍ਹ ਦਾ ਦਿਨ ਹਲੇ ਬਚਿਆ ਚੋਣ ਪ੍ਰਚਾਰ ਦੇ ਵਿੱਚ, ਕਿੰਨੀ ਕੁ ਤੁਸੀਂ ਉਮੀਦ ਰੱਖ ਰਹੇ ਹੋ? ਮੁਕਾਬਲਾ ਕਿਹਦੇ ਨਾਲ ਤੁਸੀਂ ਇਸ ਸਮੇਂ ਆਪਣਾ ਦੇਖ ਰਹੇ ਹੋ, ਜਿਹੜਾ ਖਾਸ ਮੁਕਾਬਲਾ ਤੁਸੀਂ ਦੇਖ ਰਹੇ ਹੋ ਇਸ ਸਮੇਂ? ਸਾਡਾ ਮੁਕਾਬਲਾ ਕੀ, ਅੱਜ ਚੰਨੀ ਆਇਆ ਦਾ ਸੀ, ਕਿੰਨੀ ਸੰਗਤ ਬੈਠਦੀ ਉੱਥੇ, ਉਹ ਕਿਰਾਏ 'ਤੇ ਲੈਂਦੇ ਸੀ ਉੱਥੇ, ਉਹ ਮੇਖਾ ਯਕੀਨਾਂ ਦਾ ਕੋਈ 700-800 ਬੰਦਾ ਹੋਏਗਾ ਅਤੇ 700-800 ਬੰਦਾ ਕਿ ਚੀਫ ਮਿਨਿਸਟਰ ਆਇਆ ਹੋਵੇ ਅਤੇ 700-800 ਬੰਦਾ ਬੈਠਾ ਹੋਵੇ ਅਤੇ ਉਹ ਇਹਨੇ ਇਲੈਕਸ਼ਨ ਕੀ ਜਿੱਤਣਾ। ਸੋ ਇਸ ਕਰਕੇ ਸਾਡਾ ਮੁਕਾਬਲਾ ਕਿਸੇ ਨਾਲ ਕੋਈ ਨਹੀਂ ਹੈ। ਅੱਧੀ ਵਲੰਟੀਅਰ ਸਾਡੀ ਪਬਲਿਕ ਸਾਡੇ ਹਰ ਪਿੰਡ ਦੇ ਵਿੱਚੋਂ ਜਿਹੜਾ ਸਾਡਾ ਵਲੰਟੀਅਰ ਆਇਆ ਸੀ ਔਰ ਇਹ ਸਾਬਤ ਕਰਤਾ ਦੀਨਾਨਗਰ ਦੇ ਵਿੱਚ ਕਿ ਅਸੀਂ ਸਾਰੇ ਹਲਕਾ ਦੀਨਾਨਗਰ ਦਾ ਹਲਕਾ ਸ਼ਮਸ਼ੇਰ ਸਿੰਘ ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ। ਔਰ ਤੁਸੀਂ ਇਹ 10 ਤਰੀਕ ਤੋਂ ਵਿੱਚ ਜਿਹੜੇ ਗਿਣਤੀ ਹੋਣੀ ਹੈ ਉਹਨਾਂ ਡੱਬਿਆਂ 'ਚ ਦੇਖ ਲਓਗੇ। ਕਿੰਨੀ ਲੀਡ ਦੀ ਉਮੀਦ ਰੱਖ ਰਹੇ ਹੋ ਜੇ ਲੋਕ ਤੁਹਾਡੇ ਹੱਕ 'ਚ ਫਤਵਾ ਦੇ? ਇਹ ਤਾਂ ਹੁਣ 10 ਤਰੀਕ ਨੂੰ ਲੋਕੀ ਉਦੋਂ ਹੀ ਡਿਸਾਈਡ ਕਰਕੇ ਦੱਸਣਗੇ ਨਾ, ਹੁਣ ਬਾਕੀ ਮਸ਼ੀਨਾਂ ਨੂੰ ਦੱਸਣਾ। ਸੋ ਇਹ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸ਼ਮਸ਼ੇਰ ਸਿੰਘ ਜੀ ਜੋ ਕਿ ਦੀਨਾਨਗਰ ਦੇ ਵਿੱਚ ਨੇ ਔਰ ਇਹਨਾਂ ਦਾ ਕਹਿਣਾ ਕਿ ਇਹਨਾਂ ਨੇ ਲੋਕਾਂ ਨੇ ਇਹਨਾਂ ਦੇ ਹੱਕ 'ਚ ਫਤਵਾ ਦੇਣਾ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਲੋਕਾਂ ਦਾ ਫਤਵਾ
ਇਹ ਜਿਹੜਾ ਇਕੱਠ ਸੀਗਾ ਇਹ ਵੋਟਾਂ 'ਚ ਕਿੰਨਾ ਕੁ ਤਬਦੀਲ ਹੋਰ ਪਾਉਂਦਾ ਹੈ। ਕੈਮਰਾ ਪਰਸਨ ਮਨਮੀਤ ਸਿੰਘ ਕਰਨ ਦੇ ਨਾਲ ਰੋਹਿਤ ਮਹਾਜਨ ਦੈਨਿਕ ਸਵੇਰਾ ਟੀਵੀ ਲਈ ਦੀਨਾਨਗਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94647, 84374-94648। वर्ल्ड फेमस बाबा सलीम खान, 21 बार गोल्ड मेडलिस्ट। सारियां थामां तो निराश अते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट। ओपन चैलेंज, इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत, सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जां दुटोना, मनमोहणी वशीकरण करवाओ जां तुड़वाओ, रुसे नूं मनाओ। हुणे कॉल करो बाबा सलीम खान, 98199-37467।